Good morning, students. Today, I am going to start our next topic that is nervous system. nervous system is also a part of our body, it is present in our body. So, let's start. First of all, the nervous system consists of the brain, spinal cord, and nerves. Vidyarthiyo, nervous system padan ਸੋ ਨਰਵਸ ਸਿਸਟਮ ਦੇ ਮੇਨਲੀ ਤਿੰਨ ਪਾਰਟ ਹੁੰਦੇ ਨੇ ਬ੍ਰੇਨ ਸਪਾਇਨਲ ਕਾਰਡ ਐਂਡ ਨਰਵਸ ਅੱਜ ਆਪਾਂ ਇਹਨਾਂ ਬਾਰੇ ਪੜਾਂਗੇ ਔਰ ਇਹਨਾਂ ਦੇ ਕੀ ਫੰਕਸ਼ਨਸ ਨੇ ਸਾਡੀ ਬਾਡੀ ਦੇ ਵਿੱਚ ਆਪਾਂ ਉਹਦੇ ਬਾਰੇ ਪੜਾਂਗੇ ਸੋ ਲੈਟਸ ਸਟਾਰਟ ਫਸਟ ਆਫ ਆਲ ਬ੍ਰੇਨ ਬ੍ਰੇਨ ਇਜ਼ ਦਾ ਮੇਨ ਕੋਆਰਡੀਨੇਟਰ ਐਂਡ ਡਾਇਰੈਕਟਰ ਆਫ आवर ਬਾਡੀ ਸਾਡੀ ਬੋਡੀ ਦੀਆਂ ਜਿੰਨੀਆਂ ਵੀ ਐਕਟੀਵਿਟੀਆਂ ਹੋ ਰਹੀਆਂ ਨੇ ਅਸੀਂ ਜੋ ਵੀ ਕਰਦੇ ਆ ਚਾਹੇ ਲਿਖਦੇ ਆ ਪੜ੍ਹਦੇ ਆ ਸੋਚਦੇ ਆ ਖੇਡਦੇ ਆ ਜਿੰਨੀਆਂ ਵੀ ਐਕਟੀਵਿਟੀਆਂ ਅਸੀਂ ਕਰਦੇ ਆ ਅਸੀਂ ਆਪਣੀ ਕਿਹਦੀ ਸਲਾਹ ਨਾਲ ਕਰਦੇ ਆ ਬ੍ਰੇਨ ਦੀ ਸਲਾਹ ਦੇ ਨਾਲ ਠੀਕ ਆ ਅਸੀਂ ਕੀ ਕਰਨਾ ਹੈ ਕਿ ਨਹੀਂ ਕਰਨਾ ਉਹਦੇ ਵਾਸਤੇ ਅਸੀਂ ਕਿਤੋਂ ਕੰਮ ਲੈਂਦੇ ਆ ਆਪਣੇ ਬ੍ਰੇਨ ਤੋਂ ਸੋ ਇਸ ਤਰ੍ਹਾਂ ਆਪਾਂ ਕਹਿ ਸਕਦੇ ਆ ਇਟ ਕੰਟਰੋਲਸ ਆਵਰ 올 ਐਕਟੀਵਿਟੀਆਂ ਠੀਕ ਆ ਇਟ ਇਜ਼ ਪ੍ਰੈਸੈਂਟ ਇਨ ਆਵਰ ਹੈਡ ਇਹ ਕਿੱਥੇ ਪ੍ਰੈਸੈਂਟ ਹੁੰਦਾ ਸਾਡੇ ਸਿਰ ਦੇ ਵਿੱਚ ਠੀਕ ਆ ਇਟ ਇਜ਼ ਪ੍ਰੋਟੈਕਟਡ ਬਾਏ ਆ स्कल ਜਿਹੜਾ ਬ੍ਰੇਨ ਆ ਇਹਨੂੰ ਕੌਣ ਪ੍ਰੋਟੈਕਟ ਕਰਕੇ ਰੱਖਦਾ ਹੈ ਸਕਲ ਤੁਸੀਂ ਆਪਣੇ ਹੈਡ ਨੂੰ ਟੱਚ ਕਰੋ ਚੰਗੀ ਤਰ੍ਹਾਂ ਫੀਲ ਕਰੋ ਤੁਹਾਨੂੰ ਇੱਕ ਬੋਨੀ ਸਟਰਕਚਰ ਜਿਹੜੀ ਫੀਲ ਹੋਏਗੀ that is a skull ਠੀਕ ਆ ਉਹਨੂੰ ਅਸੀਂ ਪੰਜਾਬੀ ਦੇ ਵਿੱਚ ਖੋਪੜੀ ਵੀ ਬੋਲਦੇ ਆ ਉਹਦਾ ਕੀ ਕੰਮ ਹੁੰਦਾ ਹੈ ਕਿ ਉਹ ਸਾਡੇ ਬ੍ਰੇਨ ਨੂੰ ਪ੍ਰੋਟੈਕਟ ਕਰਕੇ ਰੱਖਦਾ ਹੈ ਕਿਉਂ ਬਿਕੋਜ਼ ਬ੍ਰੇਨ ਇਜ਼ ਅ ਵੈਰੀ ਸੈਂਸਿਟਿਵ ਆਰਗਨ ਆਫ आवर ਬੋਡੀ ਠੀਕ ਆ ਸੋ ਇਹਨੂੰ ਇੰਜਰੀ ਤੋਂ ਬਚਾਉਣ ਵਾਸਤੇ ਸਾਡਾ ਜਿਹੜਾ ਸਕਲ ਆ ਉਹ ਬ੍ਰੇਨ ਨੂੰ ਕੀ ਕਰਦਾ ਹੈ ਪ੍ਰੋਟੈਕਟ ਕਰਕੇ ਰੱਖਦਾ ਹੈ ठीक so, uh, है सो ब्रेन कंट्रोल्स आवर ऑल एक्टिविटीज एंड आल्सो कंट्रोल ऑल ऑर्गन्स ऑफ आवर बॉडी ਪਾਵ ਸਾਡੀ ਬਾਡੀ ਦੇ ਵਿੱਚ ਜਿੰਨੇ ਵੀ ਆਰਗਨਸ ਨੇ ਉਹਨਾਂ ਦੀ ਐਕਟੀਵਿਟੀਜ਼ ਨੂੰ ਵੀ ਕੌਣ ਕੰਟਰੋਲ ਕਰਦਾ ਹੈ आवर ਬ੍ਰੇਨ ਸੋ ਨੈਕਸਟ ਪਾਰਟ ਇਜ਼ ਨਰਵਸ ਠੀਕ ਆ ਦ ਨਰਵਸ ਫਾਰਮ ਅ ਨੈਟਵਰਕ ਟੂ ਐਂਡ ਫਰਮ ਦਾ ਬ੍ਰੇਨ ਜਿਹੜੀਆਂ ਨਰਵਸ ਆ ਆਪਾਂ ਇਹਨਾਂ ਨੂੰ ਨਾੜਾ ਵੀ ਬੋਲ ਸਕਦੇ ਆ ਸਾਡੀ ਸਾਰੀ ਬਾਡੀ ਦੇ ਵਿੱਚ ਨਾੜਾ ਜਿਹੜੀਆਂ ਨੇ ਆ ਦੇਖੋ ਪ੍ਰੈਜ਼ੈਂਟ ਹੁੰਦੀਆਂ ਨੇ ਚਾਹੇ ਸਾਡੇ ਹੈਂਡਸ ਨੇ ਚਾਹੇ ਸਾਡੀਆਂ ਲੈਗਸ ਨੇ ਇਨ ਦੀਸ ਆਰ ਪ੍ਰੈਜ਼ੈਂਟ ਇਨ ਆਵਰ ਆਲ ਬਾਡੀ ਠੀਕ ਹੈ ਇਹਦਾ ਪੂਰਾ ਇੱਕ ਨੈਟਵਰਕ ਬਣਿਆ ਹੁੰਦਾ ਹੈ ਠੀਕ ਆ ਔਰ ਇਹ ਕਿਦੇ ਨਾਲ ਕਨੈਕਟ ਹੁੰਦੀਆਂ ਨੇ ਦਾ ਬ੍ਰੇਨ ਇਜ਼ ਕਨੈਕਟਡ ਟੂ ਦਾ ਸਪਾਈਨਲ ਕਾਰਡ ਐਂਡ ਆਲ ਪਾਰਟਸ ਆਫ ਆਵਰ ਬਾਡੀ ਥਰੂ ਦਾ ਨਰਵਸ ਜਿਹੜਾ ਬ੍ਰੇਨ ਆ ਠੀਕ ਆ ਇਹਨੂੰ ਹਰ ਇੱਕ ਪਾਰਟ ਦੇ ਨਾਲ ਜੋੜਨ ਵਾਸਤੇ ਜਿਹੜੀਆਂ ਨਰਵਸ ਆ ਉਹ ਹੈਲਪ ਕਰਦੀਆਂ ਨੇ ਮਤਲਬ ਜਿੰਨੇ ਵੀ ਸਾਡੀ ਬਾਡੀ ਦੇ ਪਾਰਟਸ ਨੇ ਉਹਨਾਂ ਨੂੰ ਬ੍ਰੇਨ ਦੇ ਨਾਲ ਚਾਹੇ ਸਪਾਇਨਲ ਕਾਰਡ ਦੇ ਨਾਲ ਕੌਣ ਕਨੈਕਟ ਕਰਦਾ ਹੈ ਦੀਸ ਨਰਵਸ ओके okay. द ब्रेन कंट्रोल ऑल एक्टिविटी ऑफ आवर बॉडी ਆਪਾਂ ऑलरेडी ਜਿਵੇਂ ਦੱਸ ਚੁੱਕੇ ਆ ਬਟ ਉਹ ਜਿੰਨੀਆਂ ਵੀ ਐਕਟੀਵिटीज ਨੂੰ ਕੰਟਰੋਲ ਕਰਦਾ ਵਿਦ ધ ਹੈਲਪ ਆਫ ਨਰਵਸ ਕਰਦਾ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਇਹਦੀਆਂ ਸਿੰਪਲ ਜਿਹੀਆਂ ਐਗਜ਼ਾਮਪਲਸ ਦਵਾਗੀ ਸੁਪੋਜ਼ ਕਰੋ ਤੁਹਾਡੇ ਪੈਰ ਦੇ ਸੱਟ ਲੱਗੀ ਆ ਜਾਂ ਕੋਈ ਕੰਡਾ ਚੁਭ ਗਿਆ ਠੀਕ ਆ ਦੇਖੋ ਪੈਰ ਤੇ ਸੱਟ ਲੱਗੀ ਆ ਬਟ ਇਹ ਮੈਸੇਜ ਵੀ ਤੁਹਾਡੇ ਬ੍ਰੇਨ ਨੂੰ ਪਹੁੰਚ ਜਾਣਾ ਹੈ ਠੀਕ ਆ ਬ੍ਰੇਨ ਤੱਕ ਇਹ ਮੈਸੇਜ ਕਿੰਨੇ ਲੈ ਕੇ ਜਾਣਾ ਹੈ ਇਹਨਾਂ ਨਰਵਸ ਨੇ ਸੁਪੋਜ਼ ਕਰੋ ਤੁਹਾਡੇ ਹੱਥ ਨੂੰ ਗਰਮ ਪੈਣ ਲੱਗ ਗਿਆ ਜਾਂ ਕੋਈ ਹੌਟ ਟੱਚ ਕਰ ਲਿਆ ਤੁਸੀਂ ਕਿਸੇ ਆਬਜੈਕਟ ਨੂੰ ਟੱਚ ਕਰ ਲਿਆ ਤੇ ਉਹ ਹੌਟ ਆ ਠੀਕ ਆ ਇਹ ਵਾਲਾ ਵੀ ਮੈਸੇਜ ਤੁਹਾਡੇ ਦਿਮਾਗ ਨੂੰ ਉਸੇ ਵੇਲੇ ਪਹੁੰਚਾਣਾ ਹੈ ਕਿੰਨੇ ਲੈ ਕੇ ਜਾਣਾ ਹੈ ਇਹਨਾਂ ਨਰਵਸ ਨੇ ਭਾਵ ਸਾਡੀ ਬੋਡੀ ਦੇ ਵਿੱਚ ਕਿਤੇ ਪੇਨ ਹੋ ਰਿਹਾ ਹੈ ਜਾਂ ਕੁਝ ਸਾਨੂੰ ਫੀਲ ਹੋ ਰਿਹਾ ਜਾਂ ਕੁਝ ਵੀ ਜਿਹੜਾ ਮੈਸੇਜ ਹੈ ਸਾਡੇ ਲੈਗਸ ਤੋਂ ਲੈ ਕੇ ਫੁੱਟ ਤੋਂ ਲੈ ਕੇ ਸਾਰੀ ਬਾਡੀ ਤੋਂ ਇਹ ਜਿੰਨੇ ਵੀ ਮੈਸੇजेस ਹੈ ਕੌਣ ਕੈਰੀ ਕਰਦੀਆਂ ਨੇ ਇਹ ਨਰਵਸ ਠੀਕ ਆ ਤਾਂ ਕਿੱਥੋਂ ਲੈ ਕੇ ਜਾਂਦੀਆਂ ਨੇ ਬ੍ਰੇਨ ਕੋਲ ધ ਨਰਵਸ ਕੈਰੀ ਦਾ ਮੈਸੇजेस ਫ্রম ਡਿਫਰੈਂਟ ਪਾਰਟਸ ਆਫ ਦਾ ਬਾਡੀ ਟੂ ਦਾ ਬ੍ਰੇਨ ਐਂਡ ਥੀਸ ਮੈਸੇजेस ਆਰ ਪ੍ਰੋਸੈਸਡ ਬਾਈ ਦਾ ਬ੍ਰੇਨ ਵਿਚ ਸੈਂਸਸ ਆ ਸਿਗਨਲ ਟੂ ਦਾ ਕਨਸਰਨਡ ਪਾਰਟ ਟੂ ਐਕਟ ਐਪਰੋਪ੍ਰੀਸ਼ੀਏਟਲੀ ਅਕੋਰਡਿੰਗ ਟੂ ਦਾ ਸਿਚੁਏਸ਼ਨ ਪਾਵ ਇਹੜੀਆਂ ਨਰਵ ਸੇ ਇਹ ਵੱਖ-ਵੱਖਰੇ ਪਾਰਟਸ ਤੋਂ ਜਿੰਨੇ ਵੀ ਮੈਸੇਜ ਕੈਰੀ ਕਰਕੇ ਬ੍ਰੇਨ ਤੱਕ ਲੈ ਕੇ ਜਾਂਦੀਆਂ ਨੇ ਬ੍ਰੇਨ ਉਹਦੀ ਪ੍ਰੋਸੈਸਿੰਗ ਕਰਦਾ ਜਿਸ ਤਰ੍ਹਾਂ ਆਪਾਂ ਕੰਪਿਊਟਰ ਦੇ ਵਿੱਚ ਕੋਈ ਡਾਟਾ ਪਾ ਦਿੰਨੇ ਉਹ ਪ੍ਰੋਸੈਸਿੰਗ ਹੋ ਜਾਂਦੀ ਨਾ ਸੁਪੋਜ਼ ਕਰੋ ਤੁਸੀਂ ਕੈਲਕੂਲੇਟਰ ਦੇ ਵਿੱਚ ਵੀ ਕੁਝ ਐਡਿਸ਼ਨ ਕਰਨੀ ਆ ਤੁਸੀਂ ਕਿੰਨੀਆਂ ਮਤਲਬ ਜਿਹੜੀਆਂ ਰਕਮਾਂ ਆ ਉਹਨੂੰ ਪਾ ਦਿੰਦੇ ਜੋ ਤੈਨੂੰ ਸਮ ਕਰ ਲੈਂਦੇ ਜੋ ਸਾਰਾ ਉਹ ਜਿਹੜਾ ਕੰਪਿਊਟਰ ਆ ਜਾਂ ਫਿਰ ਜਿਹੜਾ ਮੋਬਾਈਲ ਫੋਨ ਆ ਜਦ ਕੈਲਕੂਲੇਟਰ ਤੁਹਾਨੂੰ ਉਸੇ ਵੇਲੇ ਸਾਰਾ ਸਾਮ ਕਰਕੇ ਤੁਹਾਡੇ ਸਾਹਮਣੇ ਕੀ ਆ ਪ੍ਰੋਸੈਸਿੰਗ ਕਰ ਦਿੰਦਾ ਹੈ ਇਸੇ ਤਰੀਕੇ ਨਾਲ ਸੁਪੋਜ਼ ਕਰੋ ਤੁਹਾਡੇ ਜਿਸ ਤਰ੍ਹਾਂ ਮੈਂ ਦੱਸਿਆ ਹੈ ਕਿ ਪੈਰ ਤੇ ਕੋਈ ਸੱਟ ਲੱਗੀ ਆ ਠੀਕ ਆ ਜਾਂ ਕੋਈ ਕੰਡਾ ਚੁਭ ਗਿਆ ਇਹ ਮਾਸੇ ਤੁਹਾਡੇ ਦਿਮਾਗ ਤੱਕ ਪਹੁੰਚ ਗਿਆ ਤੇ ਤੁਹਾਡਾ ਦਿਮਾਗ ਵਾਪਸ ਪ੍ਰੋਸੈਸਿੰਗ ਕਰਕੇ ਤੁਹਾਨੂੰ ਕੀ ਕਹੇਗਾ ਕਿ ਤੁਸੀਂ ਮਲਮ ਲਗਾਓ ਜਿੱਥੇ ਸੱਟ ਲੱਗੀ ਆ ਜਾਂ ਫਿਰ ਜੇ ਕੋਈ ਕੰਡਾ ਚੁਭਿਆ ਤੈਨੂੰ ਕੱਢ ਦਵੋ ਜੇ ਤੁਹਾਡੇ ਹੱਥ ਨੂੰ ਕੋਈ ਹੌਟ ਪੈਨ ਲੱਗ ਗਿਆ ਕੋਈ ਹੌਟ ਚੀਜ਼ ਜੜੀ ਆ ਉਹ ਟੱਚ ਹੋ ਚੁੱਕੀ ਆ ਇਹ ਮੈਸੇਜ ਬ੍ਰੇਨ ਤੱਕ ਗਿਆ ਬ੍ਰੇਨ ਵਾਪਸ ਤਾ ਨੂੰ ਕੀ ਮੈਸੇਜ ਦੇਗਾ ਕਿ ਤੁਸੀਂ ਆਪਣਾ ਜਿਹੜਾ ਹੱਥ ਹੈ ਉਹ ਪਿੱਛੇ ਕਰ ਲਓ ਯੈਸ অর ਨੋ ਯੈਸ ਸੋ ਇਸ ਰਿਕਨਾਲ ਜਿਹੜਾ ਇਹ ਮੈਸੇजेस ਬ੍ਰੇਨ ਤੱਕ ਲੈ ਕੇ ਜਾਂਦੀਆਂ ਨੇ ਸਾਰੀਆਂ ਨਰਵਸ ਉਹ ਕੀ ਹੁੰਦੇ ਨੇ ਉੱਥੇ ਜਾ ਕੇ ਉੱਥੇ ਜਾ ਕੇ ਉਹਨਾਂ ਦੀ ਪ੍ਰੋਸੈਸਿੰਗ ਹੁੰਦੀ ਆ ਔਰ ਪ੍ਰੋਸੈਸਿੰਗ ਤੋਂ ਬਾਅਦ ਤੁਹਾਡਾ ਬ੍ਰੇਨ ਜਿਹੜਾ ਹੈ ਅ ਨੈਕਸਟ ਸਟੈਪ ਕਰਨ ਵਾਸਤੇ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਕੀ ਕਰਨਾ ਹੈ ਸੋ ਥੀਸ ਬੰਡਲਸ ਆਫ ਦਾ ਨਰਵਸ ਦੈਟ ਰਨ ਫਰਮ ਦਾ ਬ੍ਰੇਨ ਇਨ ਦਾ ਸਪਾਈਨ ਅਨ ਕਨੈਕਸ ਆਲ ਬਾਡੀ ਪਾਰਟਸ ਟੂ ਦਾ ਬ੍ਰੇਨ ਇਜ਼ ਕਾਲਡ ਸਪਾਇਨਲ ਕਾਰਡ ਪਾਵੇ ਜਿੰਨੀਆਂ ਵੀ ਨਰਵਸ ਜਾ ਰਹੀਆਂ ਨੇ ਇਹ ਜਾ ਕੇ ਕਿਹਦੇ ਨਾਲ ਕਨੈਕਟ ਹੋ ਰਹੀਆਂ ਨੇ ਸਪਾਇਨ ਦੇ ਨਾਲ ਸਪਾਇਨ ਕਿਹਨੂੰ ਬੋਲਦੇ ਆ ਰੀੜ ਦੀ ਹੱਡੀ ਦੇ ਵਿੱਚ ਜਿਹੜੀਆਂ ਨਰਵਸ ਪ੍ਰੈਜ਼ੈਂਟ ਆ दैट इज ਕਾਲਡ ਸਪਾਇਨ ਅਨੁਵਾਸੇ ਸਪਾਇਨਲ ਕਾਰਡ ਵੀ ਬੋਲਦੇ ਆ ਰੀੜ ਦੀ ਹੱਡੀ ਤੁਹਾਨੂੰ ਪਤਾ ਨਾ ਲੱਕ ਦੇ ਵਿੱਚ ਪ੍ਰੈਜ਼ੈਂਟ ਹੁੰਦੀ ਆ ਠੀਕ ਆ ਉਹਦੇ ਵਿੱਚ ਅਸੀਂ ਕਹਿ ਸਕਦੇ ਆ ਕਿ ਸਾਰੀਆਂ ਨਰਵਸ ਜਿਹੜੀਆਂ ਜਾ ਕੇ ਕੀ ਹੋ ਰਹੀਆਂ ਕਨੈਕਟ ਹੋ ਰਹੀਆਂ ਨੇ ਔਰ ਸਪਾਇਨਲ ਕਾਰਡ ਦੀ ਹੱਲਪ ਦੇ ਨਾਲ ਇਹ ਜਿੰਨੀਆਂ ਵੀ ਨਰਵਸ ਆ ਸਾਰੀਆਂ ਕਿਹਦੇ ਨਾਲ ਕਨੈਕਟ ਹੋ ਰਹੀਆਂ brain then. So these are the three main parts of our nervous system brain, spinal cord and nerves. I hope you all understand. Thank you.